ਕੀਤਾ ਸੀ ਜਲਿਆਂਵਾਲੇ ਬਾਗ ਦੀ 100ਵੀਂ ਵਰੇਗੰਢ ਉਸ ਬਹੁਤ ਵੱਡਾ ਜਿਹੜਾ ਕਤਲਕਾਂਡ ਹੋਇਆ ਤੇ ਉਸ ਨੂੰ ਯਾਦ ਕੀਤਾ ਜਾਣਾ ਸੀ। ਸਿਰ ਜੋ ਝੁਕੇ ਨਹੀਂ ਇਸ ਦਾ ਉਨਵਾਨ ਸੀ ਜੀ ਉਸ ਦਿਨ। ਤੇ ਦੂਸਰਾ ਨਾਟਕ ਸੀਗਾ ਜਿਹੜਾ ਕੈਲਗਰੀ ਦੇ ਵਿੱਚ ਹਿੰਸਾ ਵਾਇਲੈਂਸ ਗੈਂਗ ਵਾਇਲੈਂਸ ਡਰੱਗਸ ਤੇ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਔਰ ਲਗਾਤਾਰ ਇਸ ਸਿਲਸਿਲੇ ਦੇ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਦੇ ਲੋਕ ਇਸ ਵਿੱਚ ਸ਼ਿਕਾਰ ਹੋ ਰਹੇ ਨੇ ਉਹਨਾਂ ਦੇ ਬਾਰੇ ਵਿੱਚ ਉਹਨਾਂ ਨੂੰ ਸਮੱਸਿਆਵਾਂ ਨੂੰ ਕੇਂਦਰਿਤ ਕਰਦਾ ਹੋਇਆ ਇੱਕ ਨਾਟਕ ਸੀ। ਇਸ ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਬਹੁਤ ਹੀ ਕਮਾਲ ਦਾ ਇਹ ਪ੍ਰੋਗਰਾਮ ਹੋਇਆ। ਸਦਰਨ ਅਲਬਰਟਾ ਇੰਸਟੀਚਿਊਟ ਆਫ ਟੈਕਨੋਲੋਜੀ ਜਿਹਨੂੰ ਅਸੀਂ ਸੇਟ ਕਹਿੰਦੇ ਹਾਂ ਉਸ ਅਦਾਰੇ ਦੇ ਔਰਫੀਸ ਥੀਏਟਰ ਦੇ ਵਿੱਚ ਇਹ ਪ੍ਰੋਗਰਾਮ ਸੀ ਤੇ ਖਚਾ ਖਚ ਹਾਲ ਭਰਿਆ ਹੋਇਆ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਇਸ ਪ੍ਰੋਗਰਾਮ ਦਾ ਨਾਮ ਸੋਨ ਮਾਨ ਯਾਦਗਾਰੀ ਜਿਹੜੇ ਸੋਨ ਮਾਨ ਹੋਣਾ ਵੱਲੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਸੀ ਉਹਨਾਂ ਨੂੰ ਯਾਦ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਮਾਸਟਰ ਬਚਿੱਤਰ ਸਿੰਘ ਹੋਣਾ ਨੇ ਉੱਠ ਜਾਗ ਪੰਜਾਬ ਸਿਆਂ ਨਾਮ ਦੀ ਇੱਕ ਕਵਿਸ਼ਰੀ ਪੇਸ਼ ਕੀਤੀ। ਇਸ ਦੇ ਲੇਖਕ ਨੇ ਜੀ ਸਾਡੇ ਆਪਣੇ ਭਾਈਚਾਰੇ ਦੇ ਸੁੱਖ ਬਰਾੜ ਹੋਣੀ ਉਹਨਾਂ ਨੇ ਇਹ ਲਿਖਿਆ ਸੀ ਤੇ ਉਸ ਨੂੰ ਉਹਨਾਂ ਨੇ ਕਵਿਸ਼ਰੀ ਦੇ ਰੂਪ ਵਿੱਚ 10 ਬੰਦ ਨੇ ਜੀ ਇਹਦੇ ਉਹਨਾਂ ਨੇ 10 ਦੇ 10 ਇਹ ਬੰਦ ਮਾਸਟਰ ਜੀ ਨੇ ਆਪਣੀ ਉਸ ਕਾਵਿ ਕਲਾ ਨੂੰ ਜਿਹੜੀ ਉਹਨਾਂ ਦੇ ਕੋਲ ਹੈ ਉਸ ਦੇ ਰਾਹੀਂ ਇਸ ਦੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਹਰਕੇਸ਼ ਚੌਧਰੀ ਹੋਣਾ ਨੇ ਜਿਹੜੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਇੱਥੇ ਆਏ ਹੋਏ ਨੇ ਉਹਨਾਂ ਨੇ ਦੱਸਿਆ ਨਾਟਕਾਂ ਦੀ ਪਿਛੋਕੜ ਦੇ ਬਾਰੇ ਉਹਨਾਂ ਦੀ ਬਣਤਰ ਬਾਰੇ ਉਹਨਾਂ ਦੇ ਕਥਾਨਕ ਬਾਰੇ ਟੌਪਿਕ ਬਾਰੇ ਸਾਰੀ ਜਾਣਕਾਰੀ ਦਿੱਤੀ ਤੇ ਫਿਰ ਨਾਟਕਾਂ ਦਾ ਮੰਚਨ ਕੀਤਾ ਗਿਆ। ਪਹਿਲਾ ਨਾਟਕ ਜਲਿਆਂਵਾਲਾ ਬਾਗ ਦੇ ਉਸ ਕਾਂਡ ਨੂੰ ਸਮਰਪਿਤ ਸੀ ਜਿਸ ਦੇ ਵਿੱਚ ਸੈਂਕੜੇ ਜਾਨਾਂ ਚਲੀਆਂ ਗਈਆਂ ਪਰ ਉਸ ਦਾ ਮਕਸਦ ਸੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਲੋਕਾਂ ਨੇ ਆਪਣਾ ਸਿਰੜ ਨਹੀਂ ਤਿਆਗਿਆ ਤੇ ਉਹਨਾਂ ਨੇ ਅੰਗਰੇਜ਼ ਹਕੂਮਤ ਦੀਆਂ ਉਸ ਵੇਲੇ ਜਿਹੜੀਆਂ ਲੂੰਬੜ ਚਾਲਾਂ ਚਲੀਆਂ ਜਾ ਰਹੀਆਂ ਸੀ ਉਹਦਾ ਡਟ ਕੇ ਵਿਰੋਧ ਕੀਤਾ ਤੇ ਉਸ ਨਾਟਕ ਦੇ ਵਿੱਚ ਜਿਹੜੇ ਵੱਖ ਵੱਖ ਪਾਤਰ ਸਨ ਛੋਟੇ ਬੱਚੇ ਵੀ ਸਨ ਉਹਨਾਂ ਨੇ ਬਹੁਤ ਹੀ ਭਾਵਪੂਰਤ ਔਰ ਕਮਾਲ ਦੀ ਪੇਸ਼ਕਾਰੀ ਸੀ। ਲੱਗਦਾ ਨਹੀਂ ਸੀ ਕਿ ਅਸੀਂ ਨਾਟਕ ਕਿਸੇ ਥੀਏਟਰ ਵਿੱਚ ਜਿਵੇਂ ਮੂਵੀ ਦੇਖੀ ਦੀ ਹੈ ਕਿ ਸਾਹਮਣੇ ਸਾਡੇ ਜਿਉਂਦਾ ਜਾਗਦੇ ਪਾਤਰ ਨੇ ਕਿ ਸਾਡੇ ਕੋਲ ਫਿਲਮੀ ਕਲਾਕਾਰ ਪੇਸ਼ਕਾਰੀ ਕਰ ਰਹੇ ਨੇ। ਬਹੁਤ ਹੀ ਕਮਾਲ ਦੀ ਪ੍ਰੈਜੈਂਟੇਸ਼ਨ ਸੀ ਜੀ ਔਰ ਜਿੰਨੀ ਦੇਰ ਵੀ ਇਹ ਪ੍ਰੋਗਰਾਮ ਚੱਲਦਾ ਰਿਹਾ ਲਗਭਗ 2 ਤੋਂ ਲੈ ਕੇ 4:45 ਵਜੇ ਤੱਕ ਇਹ ਪ੍ਰੋਗਰਾਮ ਚੱਲਿਆ ਲੋਕ ਹਿੱਲੇ ਨਹੀਂ ਤੇ ਜਿਸ ਤਰ੍ਹਾਂ ਨਾਲ ਪਾਤਰਾਂ ਨੇ ਡਾਇਲੋਗਸ ਨੇ ਸਥਿਤੀਆਂ ਨੇ ਸਿਚੁਏਸ਼ਨ ਨੇ ਲੋਕਾਂ ਨੂੰ ਭਾਵੁਕ ਕੀਤਾ ਅੱਖਾਂ ਭਰਦੀਆਂ ਰਹੀਆਂ ਵਾਰ ਵਾਰ ਲੋਕ ਆਪਣੀਆਂ ਅੱਖਾਂ ਪੂੰਝਦੇ ਰਹੇ ਔਰ ਇਸ ਤਰ੍ਹਾਂ ਦੀ ਪੇਸ਼ਕਾਰੀ ਕਿ ਯੂਨਿਟੀ ਆਫ ਟਾਈਮ ਤੇ ਯੂਨਿਟੀ ਆਫ ਜਿਹੜੀ ਥੀਮ ਦੀ ਯੂਨਿਟੀ ਸੀ ਉਸ ਨੂੰ ਟਾਈਮ ਪਲੇਸ ਐਂਡ ਜਿਹੜਾ ਉਸਦਾ ਕਥਾਨਕ ਸੀ ਉਸ ਨੂੰ ਲੈ ਕੇ ਲੋਕ ਉਸ ਦੇ ਵਿੱਚ ਦੀ ਵਿਚਰਦੇ ਰਹੇ। ਲੱਗ ਰਿਹਾ ਸੀ ਕਿ ਅਸੀਂ 1919 ਵਿੱਚ ਦੀ ਚੱਲ ਰਹੇ ਹਾਂ। ਫਿਰ ਦੂਸਰਾ ਨਾਟਕ ਜਿਹੜਾ ਸੀ ਉਹ ਸਾਡੇ ਆਪਣੇ ਕੈਲਗਰੀ ਦੀਆਂ ਵੱਖ ਵੱਖ ਘਟਨਾਵਾਂ ਨੂੰ ਸਮਰਪਿਤ ਸੀ। ਤਿੱਖੀ ਚੋਟ ਕਰ ਰਿਹਾ ਸੀ ਕਿ ਅਸੀਂ ਸ਼ਰਾਬ ਨੋਸ਼ੀ ਨੂੰ ਕਿਸ ਤਰ੍ਹਾਂ ਸਮਾਜਿਕ ਵਰਤਾਰੇ ਦਾ ਰੂਪ ਬਣਾਇਆ ਤੇ ਫਿਰ ਅਸੀਂ ਇਸ ਨੂੰ ਆਪਣੇ ਕਲਚਰ ਦਾ ਰੂਪ ਦੇ ਦਿੱਤਾ। ਜੇ ਬਾਪ ਆਪਣੇ ਘਰ ਦੇ ਵਿੱਚ ਸਾਰਿਆਂ ਦੇ ਨਾਲ ਬੈਠ ਕੇ ਸ਼ਰਾਬ ਪੀਂਦਾ ਤੇ ਇਹ ਸਾਡਾ ਸੱਭਿਆਚਾਰਕ ਹਿੱਸਾ ਹੈ ਪਰ ਜੇ ਨਿਆਣਾ ਭੰਗ ਪੀ ਕੇ ਆ ਜਾਂਦਾ ਫਿਰ ਇਹ ਨਸ਼ਾ ਕਰਕੇ ਆਉਂਦਾ ਜਾਂ ਉਹ ਕੋਈ ਹੋਰ ਨਸ਼ਾ ਕਰਦਾ ਹੈ ਫਿਰ ਅਸੀਂ ਉਸਨੂੰ ਸਮਾਜਿਕ ਬੁਰਾਈ ਦੇ ਰੂਪ ਵਿੱਚ ਦੇਖਦੇ ਹਾਂ। ਇਸ ਦੇ ਉੱਤੇ ਤਿੱਖੀ ਕਰਾਰੀ ਚੋਟ ਕਰਦਾ ਇਹ ਨਾਟਕ ਕਮਾਲ ਦਾ ਰਿਹਾ ਜੀ। ਇਸ ਨੇ ਬਹੁਤ ਹੀ ਵਧੀਆ ਔਰ ਇੰਨਾ ਰੋਣ ਲਿਆਂਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਿ ਵਾਪਰ ਰਿਹਾ ਸੀ ਕਿ ਸਾਹਮਣੇ ਸਾਡੇ ਜੋ ਕੁਝ ਹੋ ਰਿਹਾ ਹੈ ਉਹਦੇ ਲਈ ਜ਼ਿੰਮੇਵਾਰ ਕੌਣ, ਕਿੰਨੇ ਸਵਾਲ ਛੱਡ ਕੇ ਗਿਆ ਹੈ ਇਹ ਨਾਟਕ ਜਿਨ੍ਹਾਂ ਦੇ ਜਵਾਬ ਲੱਭਣੇ ਪੈਣਗੇ। ਇਸੇ ਹੀ ਮੰਚ ਤੋਂ 2 ਕੋਰੀਓਗ੍ਰਾਫੀਜ਼ ਪੇਸ਼ ਕੀਤੀਆਂ ਗਈਆਂ ਜੀ ਤੇ ਫਿਰ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਕਿ ਸਰਦਾਰ ਹਰਬਖਸ਼ ਸਿੰਘ ਸਰੋਆ ਉਹਨਾਂ ਨੇ ਆਪਣੀ ਸਵਰਗਵਾਸੀ ਪਤਨੀ ਦੀ ਯਾਦ ਵਿੱਚ 4.5 ਲੱਖ ਰੁਪਈਆ ਇਸ ਲੋਕ ਕਲਾ ਮੰਚ ਦੇ ਜਿਹੜਾ ਗੁਰਸ਼ਰਨ ਭਵਨ ਉੱਥੇ ਬਣਾਇਆ ਜਾ ਰਿਹਾ ਹੈ ਉਸ 'ਤੇ ਉਸਨੂੰ ਅਪਗ੍ਰੇਡ ਕਰਨ ਲਈ ਇਸ ਇਹਨਾਂ ਨੇ ਦਿੱਤਾ। ਇਸੇ ਤਰ੍ਹਾਂ ਯੂਨੀਵਰਸਿਟੀ ਆਫ ਕੈਲਗਰੀ ਦੇ ਕਮਿੰਗ ਸਕੂਲ ਆਫ ਮੈਡੀਸਨ ਤੋਂ ਜਸਕਰਨ ਪੁਰਬਾ ਦੇ ਨਾਲ 4 ਵਿਦਿਆਰਥੀ ਯੂਨੀਵਰਸਿਟੀ ਤੋਂ ਜਿਹੜੇ ਮੈਡੀਸਨ ਦੀ ਪੜ੍ਹਾਈ ਕਰ ਰਹੇ ਨੇ ਉਹ ਆਏ ਸਨ। ਜਸਕਰਨ ਪੁਰਬਾ ਨੂੰ ਅਸੀਂ ਬੇਨਤੀ ਕੀਤੀ ਹੈ ਜੋ ਇੱਥੇ ਵੀ ਆਉਣਗੇ ਰੇਡੀਓ 'ਤੇ ਵੀ
ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਭੰਗ ਦੇ ਜਿਹੜੀ ਮੈਰੂਆਨਾ ਦੀ ਰੀਕ੍ਰੀਏਸ਼ਨਲ ਲੀਗਲਾਈਜੇਸ਼ਨ ਕੀਤੀ ਗਈ ਹੈ ਉਹ ਕਿਵੇਂ ਆਨਣ ਫਾਨਣ ਵਿੱਚ ਵੋਟ ਬੈਂਕ ਨੂੰ ਖਿਆਲ ਵਿੱਚ ਰੱਖ ਕੇ ਕੀਤੀ ਗਈ ਤੇ ਉਹਦੇ ਹੁਣ ਮਾਰੂ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਉਣ ਲੱਗ ਪਏ ਨੇ ਇਹਦੀ ਚਰਚਾ ਉਹਨਾਂ ਨੇ ਥੋੜੀ ਜਿਹੀ ਬਹੁਤ ਸੰਖੇਪ ਦੇ ਵਿੱਚ ਦੱਸੀ ਕਿ ਜਿਹੜਾ ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਰਹਿ ਕੇ ਜਿਹੜੀ ਰਿਸਰਚ ਕੀਤੀ ਹੈ ਉਹਦੀ ਜਾਣਕਾਰੀ ਉਹਨਾਂ ਨੇ ਉੱਥੇ ਸਾਂਝੀ ਕੀਤੀ ਤੇ ਬਹੁਤ ਸਾਰੇ ਜਿਹੜੇ ਲੋਕ ਸਨ ਜੀ ਉੱਥੇ ਬੈਠੇ ਸਨ ਇਹਨਾਂ ਸਾਰੇ ਹੀ ਪਾਤਰਾਂ ਨੂੰ ਬੱਚੇ ਨੌਜਵਾਨ ਬਜ਼ੁਰਗ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹਰਚਰਨ ਪਰਹਾਰ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੀਆਂ ਲੋਕ ਚੇਤਨਾ ਦੇ ਵਾਸਤੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਖਿਆਲ ਵਿੱਚ ਰੱਖਦਿਆਂ ਹੋਇਆ ਸੁਰਿੰਦਰ ਸ਼ਰਮਾ ਹਰਕੇਸ਼ ਚੌਧਰੀ ਮਾਸਟਰ ਭੱਜਣ ਜੀ ਕਮਲਪ੍ਰੀਤ ਪੰਧੇਰ ਵਲੰਟੀਅਰਸ ਦੀ ਟੀਮ ਜਿਨ੍ਹਾਂ ਨੇ ਸਿਰ ਤੋੜ ਯਤਨ ਕੀਤੇ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਦਿਲੋਂ ਮੁਬਾਰਕਬਾਦ ਦੇਣਾ ਚਾਹਾਂਗਾ ਜੀ ਬਹੁਤ ਹੀ ਕਮਾਲ ਦਾ ਪ੍ਰੋਗਰਾਮ ਸੀ ਔਰ ਖਚਾ ਖਚ ਭਰਿਆ ਰਿਹਾ ਕਿ ਜਿੰਨਾ ਹਾਲ ਦੀਆਂ ਸੀਟਾਂ ਨੇ ਲੋਕਾਂ ਨੇ ਖੜ ਕੇ ਸਾਈਡਾਂ ਤੇ ਲੱਗ ਕੇ ਵੀ ਉਹ ਪ੍ਰੋਗਰਾਮ ਦੇਖਿਆ ਬਜ਼ੁਰਗ ਤੇ ਬੱਚਿਆਂ ਦੀ ਗਿਣਤੀ ਔਰਤਾਂ ਦੀ ਗਿਣਤੀ ਕਿਸੇ ਪਾਸਿਓਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵਰਗ ਘੱਟ ਸੀ ਨੌਜਵਾਨ ਵੀ ਉਨੇ ਹੀ ਸਨ ਔਰਤਾਂ ਵੀ ਸਨ ਬਜ਼ੁਰਗ ਵੀ ਸਨ ਤੇ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਮਿਲੀ ਔਰ ਇਹ ਵੀ ਵੱਡੀ ਗੱਲ ਕਿ ਜਿਹੜਾ ਇੰਗਲਿਸ਼ ਜਾਂ ਮੇਨ ਸਟ੍ਰੀਮ ਮੀਡੀਆ ਹੈ ਉਸ ਵੱਲੋਂ ਵੀ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਗਈ ਇੱਕ ਸੁਨੇਹਾ ਬੜਾ ਠੋਸ ਸੁਨੇਹਾ ਜਾ ਰਿਹਾ ਹੈ ਸਮਾਜ ਦੇ ਵਿੱਚ ਤੇ ਇਹ ਜਾਣਾ ਵੀ ਚਾਹੀਦਾ ਇਸ ਦੀ ਸਫਲਤਾ ਲਈ ਮੈਂ ਮਾਸਟਰ ਜੀ ਨੂੰ ਉਹਨਾਂ ਦੀ ਸਮੁੱਚੀ ਜਿਹੜੀ ਵਲੰਟੀਅਰਸ ਦੀ ਟੀਮ ਹੈ ਉਸ ਨੂੰ ਦਿਲੀ ਮੁਬਾਰਕਬਾਦ ਦੇਵਾਂਗਾ ਜੀ।